ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਰਾਮ ਰਾਮ ਸਾਰਿਆਂ ਨੂੰ। ਠਾਕੁਰ ਭਾਅ ਜੀ, ਰਾਮ ਰਾਮ। ਔਰ ਜੈ ਸ਼੍ਰੀ ਰਾਮ। ਕੀ ਹਾਲ ਚਾਲ ਤੁਹਾਡਾ? ਵਧੀਆ ਵਧੀਆ ਭਾਅ ਜੀ, ਤੁਸੀਂ ਸੁਣਾਓ? ਦੇਵ ਭਾਅ ਜੀ, ਕੈਸੇ ਹੋ? ਠੀਕ ਠਾਕ ਹੋ? ਵਧੀਆ ਇਕਦਮ। ਹਾਂ, ਅੱਜ ਤੱਕ ਪੂਰੀ ਟੋਰ ਟੋਰ ਲਾ ਰੱਖੀ ਹੈ। ਵਿਆਹ ਕਰਾਉਣ ਆਇਆ ਮੁੰਡਾ, ਪਹਿਲੀ ਵਿਆਹ ਹੋਇਆ, ਦੂਸਰਾ ਵਿਆਹ ਇੱਥੇ ਕਰੂਗਾ। ਸ਼ੋਰ ਗੱਲ ਹੈ, ਸ਼ੋਰ ਗੱਲ ਹੈ, ਸ਼ੋਰ ਗੱਲ ਹੈ। ਹਾਂ, ਤੇ ਹਾਏ, ਬਰੋ, ਇੰਜੋਏ ਯੂਰ ਡ੍ਰਿੰਕਿੰਗ ਦਿਸ। This is like a juice without alcohol. It's, you know, this is so much good. It's without alcohol. Okay. Without it's a 4.5 alcohol level. It's bro. Like juice, no? Okay. Juice from fruit. Okay. But alcohol, yeah. Okay. Okay. You have yeah, show me. Yeah. Not Croatian, but universal. It's okay, yeah. It's okay. Universal. And we are from India. Yeah. Yeah. Love you, bro. Enjoy your meal. Cricket, cricket, cricket. Yeah. Yeah, we'll have. Yes, cricket. It's always going to be football. Yeah. Oh, I mean, yeah, we know that. Know. Soccer is one of the best game. I know. You're one of the best in cricket. Yeah. Ah, yes. Okay. Take care, bro. So Croatian bande takkar gaye. ਤੇ ਕਹਿੰਦੇ ਨੇ ਬਈ ਸਾਡਾ ਫੁੱਟਬਾਲ ਤੁਹਾਡਾ ਕ੍ਰਿਕਟ, ਬਈ ਤੁਹਾਡਾ ਫੁੱਟਬਾਲ ਉਹ ਤੁਹਾਡਾ, ਸਾਡਾ ਕ੍ਰਿਕਟ, ਸਾਡਾ ਫੁੱਟਬਾਲ ਤੁਹਾਡਾ ਕ੍ਰਿਕਟ। ਹਾਂਜੀ, ਤੇ ਉਹ ਸਾਰੇ ਕਰੀ ਜਾਂਦਾ ਸੀ ਬਈ, ਮੈਂ ਉਹਨੂੰ ਕਿਹਾ ਪੂਰੀ ਨੌਲੇਜ ਸੀ, ਪੂਰੀ ਨੌਲੇਜ ਸੀ ਭਾਜੀ ਯਾਰ, ਕਹਿੰਦਾ ਵਿਦਆਊਟ ਅਲਕੋਹਲ ਹੈ। ਮੈਂ ਜਦੋਂ ਪੜਿਆ ਭਾਜੀ 4.5 ਅਲਕੋਹਲ ਵਾਲੀ ਚ, ਕਹਿੰਦਾ ਫਰੂਟ ਵਾਲੀ ਸੀਗੀ। ਇੱਥੇ ਤਾਂ ਆਮ ਹੈ ਅਲਕੋਹਲ ਕੋਲ ਪੀਣਾ, ਸਿਗਰਟ ਸੁਗਰਟ ਪੀਣੇ, ਇਹਨਾਂ ਦੇ ਆਮ ਗੱਲਾਂ ਨੇ ਇੱਥੇ ਦੀਆਂ। ਪਰ ਭਾਜੀ ਮੈਂ ਗੱਲ ਦੇਖੀ ਹੈ, ਬੰਦੇ ਬੜੇ ਘੈਂਟ ਨੇ ਇੱਥੇ ਦੇ। ਨਹੀਂ, ਬੰਦੇ ਘੈਂਟ ਨਹੀਂ, ਬੜੇ ਫਰੈਂਡਲੀ ਹੈ ਯਾਰ, ਕੋਈ ਇਸ ਤਰ੍ਹਾਂ ਦਾ। ਵੈਲ 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 ਵੈਲ, ਪਹੁੰਚ ਗਏ। ਕਿਹੜੀ ਜਗ੍ਹਾ ਇਹ, ਕਿਹੜੀ ਜਗ੍ਹਾ ਹੈ ਭਾਜੀ? ਉਹਦੇ ਕੋਲ, ਉਹਨੇ ਵੱਡਾ ਵੱਡਾ ਲਿਖਿਆ ਹੈ, ਆਹ ਲਿਖਿਆ ਹੈ, ਅਰੇ ਤੇ ਜਾਰੂਨ ਲੇਕ ਹੈ ਜੀ। ਔਰ ਛੋਟੀ ਜਿਹੀ ਜਿਵੇਂ ਆਪਣੇ ਚੰਡੀਗੜ੍ਹ ਵਿੱਚ ਸੁਖਨਾ ਝੀਲ ਹੈ ਨਾ, ਉਵੇਂ ਹੀ ਆ। ਸਾਡੇ ਨਾਲ ਗਰੁੱਪ ਦੋ ਹੋਰ ਵੀ ਸੀਗਾ, ਜਿਹ ਚ ਸੌਰਵ ਭਾਜੀ ਸੀਗੇ। ਹਾਂਜੀ ਹਾਂਜੀ, ਚਲੋ ਚਲੋ ਉੱਧਰ ਚੱਲਦੇ ਹਾਂ। ਸੌਰਵ ਭਾਜੀ ਵੀ ਸੀਗੇ, ਅਮਨ ਭਾਜੀ ਵੀ ਸੀਗੇ, ਖੂਬਸੂਰਤ ਜਗ੍ਹਾ। ਸੋ ਗਰੁੱਪ ਥੋੜ੍ਹਾ ਜਿਹਾ ਅਲੱਗ ਹੋ ਗਿਆ, ਆਈ ਹੋਪ ਇੱਥੇ ਅਸੀਂ ਫਿਰ ਮਿਲ ਜਾਈਏ। ਸੋ ਲਓ ਜੀ, ਫਿਰ ਵੱਖਰਾ ਨਜ਼ਾਰਾ ਜੀ, ਈਵਨਿੰਗ ਦਾ ਟਾਈਮ ਆ, ਲੋਕ ਇੰਜੋਏ ਕਰਦੇ, ਸੈਚਰਡੇ ਦਾ ਦਿਨ ਆ, ਅਤੇ ਆਹ ਸੋਹਣਾ ਜਵਾਕ ਬੱਚਿਆਂ ਦਾ। ਹੈਲੋ, ਸੋ ਹਾਂ, ਸੁਖਨਾ ਲੇਕ ਵਰਗੀ ਆ, ਅਤੇ ਧੁੱਪ ਇੱਥੇ ਇਸ ਤਰ੍ਹਾਂ ਹੁੰਦੀ ਆ। ਸੋ ਧੁੱਪ ਇੱਥੇ ਇਸ ਤਰ੍ਹਾਂ ਹੁੰਦੀ ਆ ਜਿਵੇਂ ਜਿਵੇਂ ਸਵੇਰ ਦੀ ਮੋਰਨਿੰਗ ਦੀ ਧੁੱਪ ਹੁੰਦੀ ਹੈ ਨਾ, ਸੂਰਜ ਚੜ੍ਹਦਾ, ਉਵੇਂ ਧੁੱਪ ਹੈ। ਹਜੇ ਹਜੇ ਕੀ ਟਾਈਮ, ਟਾਈਮ ਕਿੰਨਾ ਹੋ ਗਿਆ ਬਾਈ ਜੀ? ਟਾਈਮ ਬਤਾਉਣ, ਸਾਢੇ ਛੇ ਹੋ ਗਏ, ਸਾਢੇ ਛੇ ਹੋ ਗਈਆਂ। ਤੁਸੀਂ ਲਾ ਲਓ ਵੀ ਇੱਥੇ ਹਜੇ ਡੁੱਬਣਾ, ਹਜੇ 9 ਵਜੇ ਹੋਣਾ ਹਨੇਰਾ ਇੱਥੇ। ਲਓ ਜੀ, ਆਪਣੇ ਵੀਕਐਂਡ 'ਚ ਲੋਕ ਇੱਥੇ ਇੰਜੋਏ ਕਰਦੇ ਰਹਿੰਦੇ ਆ। ਬਹੁਤ ਵੱਡੀ ਆ, ਬਹੁਤ ਬੜੀ ਆ, ਯੂ ਨੋ ਲੇਕ ਵਾਲੀ। ਸ਼ਰਮਾ ਜੀ ਕੋ ਫੋਨ ਨਹੀਂ, ਸ਼ਰਮਾ ਜੀ ਕੋ ਫੋਨ ਥੋੜ੍ਹੀ ਮਿਲੇਗਾ, ਆਪ ਨਹੀਂ ਮਿਲਦਾ ਸ਼ਰਮਾ ਜੀ ਕੋ ਫੋਨ। ਤੋ ਸ਼ਰਮਾ ਜੀ ਰਹਿ ਗਏ ਹੁਣ ਪਿੱਛੇ, ਇੱਧਰ ਹੀ ਆਉਣਗੇ, ਕਿੰਨੇ ਵਜੇ ਆਉਣਗੇ ਪਤਾ ਹੀ ਨਹੀਂ। ਆਜੋ ਆਜੋ ਭਾਅ ਜੀ, ਪਲੀਜ਼ ਕਮ ਹੇਅਰ, ਇੱਧਰ ਆਜੋ ਜੀ। ਲਓ ਜੀ, ਲੋਕ ਸਾਈਕਲਿੰਗ ਕਰਦੇ, ਲੁਤਫ ਉਠਾਉਂਦੇ ਹੋਏ ਆਪਣੀ ਸਪੋਰਟ ਦਾ।
ਬੱਚੇ ਸਕੇਟ ਕਰਦੇ ਹੋਏ। ਸੋ ਕੋਈ ਨਾ ਕੋਈ ਸਪੋਰਟ ਇਵੈਂਟ ਆਪਣੇ ਆਹੀ ਕਰਦੇ ਰਹਿੰਦੇ ਨਾ, ਇੰਜੋਏ ਕਰਦੇ ਰਹਿੰਦੇ ਕਿਉਂ ਭਾਜੀ, ਰਾਈਟ? ਵਾਟ ਹੈਪਨ ਭਾਜੀ, ਆ ਜਾਓ, ਅਰੇ ਯਾਰ ਦੁਮੜਾ ਆ ਜਾਓ ਭਾਜੀ ਤੁਹਾਡੇ ਨਾਲ। ਇੰਡੀਆ ਧੁੱਪ 'ਚ ਜਿਵੇਂ ਫਿਰੇ ਫਿਰੇ ਨਹੀਂ ਹੈਗਾ, ਸੋ ਧੁੱਪ ਕਰਕੇ ਉੱਧਰ ਹੋ ਗਿਆ, ਅਸੀਂ ਇੱਧਰ ਆ ਗਏ ਥੋੜ੍ਹਾ ਜਿਹਾ, ਵੇਖਦੇ ਹੋਏ ਵੀ ਕਿਵੇਂ ਦਾ ਮਾਹੌਲ ਆ। ਸੋ ਚੈੱਕ ਕਰੋ ਜੀ ਪੂਰੀ। ਅੱਛਾ 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 ਅੱਛਾ, ਓਕੇ ਓਕੇ ਓਕੇ, ਇਹ ਤਾਂ ਮੈਨੂੰ ਲੋਟਸ ਫਲਾਵਰ ਲੱਗਦੇ ਆ ਹੋਣਗੇ। ਸੋ ਕਾਫੀ ਲੰਬਾ ਰੂਟ ਹੈ ਇਹ, ਇੱਥੇ ਤੱਕ ਸੀਮਤ ਨਹੀਂ ਹੈ ਇਹ, ਉੱਥੇ ਇੱਧਰ ਨੂੰ ਵੀ ਏਰੀਆ ਜਾਂਦਾ, ਦੇਖੋ ਜੀ। ਸੋ ਵਾਕ ਕਰਦੇ ਕਰਦੇ ਪਤਾ ਹੀ ਨਹੀਂ ਲੱਗਣਾ ਭਾਅ ਜੀ ਕਿੱਥੋਂ ਕਿੱਥੋਂ ਪਹੁੰਚ ਜਾਵਾਂਗੇ। ਅਤੇ ਭਾਅ ਜੀ ਸੋ ਆਪਾਂ ਥੋੜ੍ਹੀਆਂ ਫੋਟੋ ਖਿੱਚਦੇ ਹਾਂ ਫਿਰ ਬੈਕ ਕਰ ਆਉਂਦੇ ਹਾਂ। ਹਾਂ ਜੀ ਆ ਗਏ ਹਰੀ ਵਾਦੀਆਂ 'ਚ। ਹੈਂ ਕਿਆ ਹੈ ਭਾਅ ਜੀ, ਦੇਖੋ ਉੱਥੇ ਤੱਕ, ਉਹ ਉੱਥੇ ਤੱਕ ਹੈ ਹੈ, ਮਤਲਬ ਕਿ ਉੱਥੇ ਵੀ ਕੋਈ ਕਲੱਬ ਹੈਗਾ ਛੋਟਾ ਜਿਹਾ ਵੇਖੋ ਸਾਹਮਣੇ। ਰਾਈਟ ਰਾਈਟ ਰਾਈਟ, ਜਿਵੇਂ ਆਪਣੇ ਉੱਥੇ ਢਾਬੇ 'ਚ ਨਹੀਂ ਛੋਟੇ ਜਿਹੇ, ਉਹ ਜਿਹਾ ਕੋਈ ਹੈਗੀ ਉੱਥੇ ਚੀਜ਼? ਮੈਨੂੰ ਵੀ ਲੱਗ ਹੀ ਰਿਹਾ ਪਰ ਖੂਬਸੂਰਤ ਹੈ ਸਲੋਵੇਨੀਆ ਤੇ ਲੁਬਲਿਆਣਾ, ਜੋ ਉਹਨਾਂ ਦੀ ਕੈਪੀਟਲ ਆ, ਗ੍ਰੀਨ ਕੈਪੀਟਲ ਆਫ ਯੂ ਨੋ ਯੂਰਪ, ਯੂਰਪ ਦੀ ਗ੍ਰੀਨ ਕੈਪੀਟਲ ਕਹੀ ਜਾਂਦੀ ਹੈ ਸਲੋਵੇਨੀਆ। ਦਿਖ ਜਾਏਗਾ ਅਰੀਨਾ ਸੈਂਟਰ ਵੀ ਦੇਖ ਲਾਂਗੇ, ਜੇ ਮੌਕਾ ਮਿਲਿਆ ਤਾਂ ਨਿਕਲ ਜਾਂਗੇ, ਜੇ ਕੁਛ ਨਹੀਂ ਮਿਲਿਆ ਤਾਂ ਫਿਰ ਉੱਥੇ ਹੀ ਜਾਵਾਂਗੇ ਖਾਣ ਤਾਂ ਕੁਛ ਜਾਵਾਂਗੇ ਭਾਜੀ, ਹੈ ਨਾ ਜੀ। ਮੈਂ ਤਾਂ ਕਹਿ ਰਿਹਾ ਸੀ ਤੇ ਕਹਿ ਰਹੇ ਰਿਹਾ ਸੀ ਲੱਗ ਗਿਆ, ਕੰਜ਼ੂਮ ਤਾਂ ਹੈ ਹੀ ਨਹੀਂ ਭਾਜੀ, ਭਾਜੀ ਕੁਛ ਤਾਂ ਕੰਜ਼ੂਮ ਮਿਲੇਗਾ। ਹਾਂ ਰੋਡ ਹੈ ਭਾਜੀ, ਸਹੀ ਗੱਲ ਹੈ, ਐਕਚੁਅਲੀ ਜਿੱਥੇ ਜਰਮ ਲਿਖਿਆ ਹੋਇਆ ਸੀ ਨਾ ਉਹ ਵਾਲੀ ਜਗ੍ਹਾ ਸੀ ਉਹ, ਚਲੋ ਕੋਈ ਨੀ ਭਾਜੀ ਉੱਧਰ ਦੇਖੋ ਜੰਗਲਾਤ ਏਰੀਆ ਲੱਗਦਾ ਪੂਰਾ। ਅਰੇ ਉਸ ਦਿਨ ਭਾਜੀ ਜਿਸ ਦਿਨ ਕਸ਼ਮੀਰ ਚਲੇ ਗਏ ਸੀਗੇ ਪੂਰਾ ਯੂ ਨੋ ਬਹੁਤ ਡੇਂਜਰ, ਖੁਫੀਆ ਮੈਂ ਖੌਫਨਾਕ ਸੀਗਾ, ਖੌਫਨਾਕ ਸੀਗੀ ਯਾਰ ਜੀ, ਤੁਸੀਂ ਵੇਖਦੇ ਰਹੋ ਅਤੇ ਬਾਹਲਾ ਆਪਾਂ ਨੂੰ ਹੁਣ ਬੋਲਣਾ ਨਹੀਂ ਹੁੰਦਾ ਨਾ ਕਿਹੋ ਕੀ ਬੋਲੀ ਹੈ, ਕਿਉਂਕਿ ਇਸ ਬਾਰੇ ਹੋਰ ਕਿਆ ਚਰਚਾ ਕਰ ਸਕਦੇ ਆਪਾਂ, ਬਸ ਇਹੀ ਹੈ ਵੀ ਬਸ ਵੀਡੀਓ ਬਣਾ ਲੈਂਦੇ ਹਾਂ ਪਰਿਵਾਰ ਨੂੰ ਦੋਸਤਾਂ ਨੂੰ ਦਿਖਾ ਦਿੰਦੇ ਹਾਂ। ਹਰ ਜਗ੍ਹਾ ਜਾਂਦੇ ਕਿੰਨੀ ਤਾਰੀਫ ਕਰ ਲਾਂਗੇ,
ਆਪਣੇ ਆਪ ਚ ਇੱਕ ਖੂਬਸੂਰਤ ਇਹ ਦੁਨੀਆ ਨਹੀਂ ਬਿਲਕੁਲ ਹੀ ਨਹੀਂ ਆਉਂਦੀ, ਬਿਲਕੁਲ ਸਹੀ ਗੱਲ ਹੈ। ਕਦੇ ਨਹੀਂ ਕਿਸ ਦਿਨ ਆਏਗਾ ਆਪਾਂ ਇਨਫੋਰਮੇਟਿਵ ਗੱਲਾਂ ਵੀ ਕਰਾਂਗੇ, ਹਜੇ ਹਜੇ ਵਕਤ ਨਹੀਂ ਹੈਗਾ। ਜ਼ਰੂਰ ਲਾਈਕ ਚੇਤੇ ਰੱਖਿਓ ਇਹਨੂੰ, ਵਨ ਟਾਈਮ ਤਾਂ ਆਪਾਂ ਘੁੰਮ ਸਕਦੇ ਹਾਂ। ਵੈਸੇ ਟਾਈਮ ਸਪੈਂਡ ਨੂੰ ਵੀਕਐਂਡ ਸਪੈਂਡ ਕਰਨ ਨੂੰ ਵਧੀਆ ਜਗ੍ਹਾ ਹੈ ਇਹ, ਸਾਰਾ ਰਿਹਾਇਸ਼ੀ ਇਲਾਕਾ ਇੱਧਰ ਵਾਲਾ। ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਉੱਥੇ ਬਾਥ ਲੈਂਦੇ ਨੇ। ਸਾਨੂੰ ਧੁੱਪ ਇੰਨੀ ਚੁੱਭਦੀ ਹੈ ਇੱਥੋਂ, ਆ ਗੋਰੇ ਵੇਖੋ ਐਵੇਂ ਫਿਰ ਜਾਂਦੇ ਨੇ ਕੱਪੜੇ ਤੋਂ ਬਿਨਾਂ, ਨਹੀਂ ਚੁੱਭਦੀ ਯਾਰ। ਉਹੀ ਤਾਂ ਮੈਂ ਸੋਚ ਰਿਹਾ ਯਾਰ, ਨਹੀਂ ਆਪਾਂ ਉੱਥੇ 40-40 ਡਿਗਰੀ 45-45 ਡਿਗਰੀ ਨੂੰ ਸਹਿਣ ਕਰ ਲੈਂਦੇ ਸੀ, ਇੱਥੇ ਤਾਂ ਹੈ ਵੀ 30-32 ਡਿਗਰੀ ਹੈ ਨਾ। ਬੰਗਾਲੀ ਮੇਂ ਕਹਾਵਤ ਹੈ ਪਤਾ ਹੈ, ਕਿਆ ਬੋਲੀ ਬੋਲੀ ਹਿੰਦੀ ਮੇਂ ਕਹਾਵਤ ਹੈ ਬੋਲੀ ਨਾ, ਕਿਸੀ ਕੋ ਹੱਥ ਪਕੜਨ ਮੇਂ ਡੂਬੇ ਨਾ, ਮਤਲਬ ਕਿਸੀ ਕੋ ਬੈਠਨੇ ਦੋਗੇ ਤੋ ਸੋਨੇ ਕੋ ਦਿਲ ਕਰੇਗਾ ਉਸਕੋ। ਤੋ ਹਮ ਹੈ 45 ਡਿਗਰੀ ਜੋ ਤਾਪਮਾਨ ਹੈ ਉਹ ਸਹਿ ਕੇ ਆਇਆ ਹੈ, ਬਟ ਯਾਰ 30 ਡਿਗਰੀ ਮੇਂ ਹਮਾਰਾ ਫਟ ਰਹਾ ਹੈ। ਸਹੀ ਹੈ ਸਹੀ ਹੈ, ਅਰੇ ਸਕਿਨ 'ਤੇ ਲੱਗਦੀ ਹੈ ਨਾ ਯਾਰ ਚੀਜ਼, ਉਹ ਯੂ ਨੋ ਤੋ ਬਿਲਕੁਲ ਬਿਲਕੁਲ ਸਕਿਨ 'ਤੇ ਟੱਚ ਹੁੰਦੀ ਹੈ ਬਿਲਕੁਲ, ਚੁੱਭਣ ਵਾਲੀ ਹੈ ਧੁੱਪ। ਮੈਂ ਤਾਂ ਕਹਿੰਦਾ ਇੱਥੇ ਯੋਗਾ ਯੁਗਾ ਸਿੱਖ ਕੇ ਟੀਚਰ ਟੂਚਰ ਬਣ ਲੈਂਦੇ, ਨਾਲੇ ਯੂਰੋ ਘੁੰਮਾਵਾਂਗੇ ਭਰਾਵਾ, ਹੈਂ ਸਹੀ ਗੱਲ ਨਹੀਂ ਹੈ। ਉੱਥੇ ਕੁਛ ਲੱਗਦਾ ਰਿਹਾ ਬਾਈ ਸਟੋਰ, ਦੇਖੋ ਬਲਿਊ ਕੀ ਲਿਖਿਆ, ਬਲਿਊ ਬਲਿਊ ਲਾਈਨ ਲਿਖਿਆ, ਹਾਂ ਸਟੋਰ ਹੈ ਕੋਈ, ਉੱਥੇ ਚੱਲਦੇ ਹਾਂ ਆਪਾਂ। ਵਿਆਹ ਵਿਆਹ ਵਿਆਹ, ਕਿੰਨੇ ਵਿਆਹ ਦੀਆਂ ਗੱਡੀਆਂ ਦੇਖੀਆਂ ਹੈਂ, ਬਥੇਰੀਆਂ ਵਿਆਹ ਦੀ ਗੱਡੀਆਂ ਆ ਗਈਆਂ। ਉਹ ਦੇਖੋ ਆ ਗਿਆ ਕਾਫਲਾ, ਆ ਗਿਆ ਕਾਫਲਾ, ਆ ਗਿਆ ਵਿਆਹ ਵਾਲਾ ਕਾਫਲਾ ਆ ਗਿਆ। ਇਹ ਵਿਆਹ 'ਤੇ ਜਾਂਦੇ ਪਏ ਆ ਭਾਈ, ਜਾਂ ਤਾਂ ਵਿਆਹ ਦੀ ਦਾਜ ਦੀ ਗੱਡੀਆਂ ਮਿਲੀਆਂ ਇਹਨਾਂ ਨੂੰ। ਹੈਗਾ 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 ਬਿਲਕੁਲ ਬਿਲਕੁਲ ਹੈਗਾ। ਕਿੰਨਾ ਕੱਟਾਂਗੇ ਭਾਅ ਜੀ, ਮੈਂ ਕਿਤਨਾ ਕੱਟ ਡਾਲੂੰਗਾ ਇਸਕੋ। ਨਹੀਂ ਨਹੀਂ ਤੇ ਕਾਫਲਾ ਕਾਫੀ ਦੂਰ ਤੋਂ ਆ ਰਿਹਾ, ਯਾਦ ਆ ਸਟੇਡੀਅਮ ਹੈ ਨਾ ਸਮਝ ਗਿਆ, ਪਰ ਦਿਮਾਗ ਚ ਰਹੂਗਾ। ਯੂਰਪ ਲੱਗਦਾ ਜਿਵੇਂ ਵਾਰ ਟਾਈਮ ਦਾ ਹੋਇਆ ਪਿਆ, ਵਾਰ ਹੋਈ ਸੀ ਨਾ ਇੱਥੇ ਵਰਲਡ ਵਾਰ, ਸਰਬੀਆ ਦੀ ਤੇ ਕਰੋਸ਼ੀਆ ਦੀ, ਵਰਲਡ ਵਾਰ ਤਾਂ ਸਾਰੀ ਕੰਟਰੀ ਦੀ ਹੁੰਦੀ ਹੈ ਭਾਜੀ। ਹੋਈ ਸੀ ਉਹ ਤਾਂ ਫਿਰ ਪਰਸਨਲੀ ਇਹਨਾਂ ਦੀ ਜਿਹੜਾ ਲੱਗਦੀ ਹੈ ਪਰਸਨਲ ਲੱਗਦੀ ਆ ਇਹਨਾਂ ਦੀ, ਇਹਨਾਂ ਸਰਬੀਆ ਦੀ। ਸੋ ਇੱਥੇ ਤਾਂ ਹੀ ਨਹੀਂ ਗੱਲ ਬਾਤ ਕਰਦੇ, ਖੂਬਸੂਰਤ ਮੌਸਮ। ਮੌਸਮ ਪਤਾ ਕੀ ਹੁੰਦਾ, ਕਈ ਵਾਰੀ ਜਦੋਂ ਜ਼ਿਆਦਾ ਗਰਮੀ ਹੋ ਜਾਏ ਨਾ ਆਪਣੇ ਬਾਰਿਸ਼ ਹੋਣੀ ਲੱਗ ਜਾਂਦੀ ਹੈ,
ਉਹਨੂੰ ਲੱਗਦਾ ਜਿਵੇਂ ਅੱਜ ਜ਼ਿਆਦਾ ਗਰਮੀ ਹੈ ਨਾ, ਰਾਤ ਨੂੰ ਬੱਦਲ ਹੋ ਜਾਣਾ ਬਿਲਕੁਲ, ਅਤੇ ਬਿਲਕੁਲ ਬਾਰਿਸ਼ ਹੋਣੀ ਸ਼ੁਰੂ ਹੋ ਜੂਗੀ। ਹਾਂ ਜੀ, ਸਪੋਰਟਸ ਹੀ ਮੋਸਟਲੀ ਕਰਦੇ ਹਾਂ, ਦੇਖ ਲਓ ਖੂਬਸੂਰਤ ਮੌਸਮ ਹੈ, ਗਰਮੀ ਨਹੀਂ ਲੱਗਦੀ ਹੈਗੀ, ਧੁੱਪ ਤਾਂ ਹੈਗੀ ਹੈ ਪਰ ਚੁੱਭਣ ਵਾਲੀ ਹੈ, ਪਰ ਜਦੋਂ ਹਵਾ ਚੱਲਦੀ ਕੁਝ ਗਰਮੀ ਨਹੀਂ ਲੱਗਦੀ, ਅਤੇ ਪਸੀਨਾ ਤਾਂ ਆਉਂਦਾ ਹੀ ਨਹੀਂ ਹੈਗਾ, ਮੈਂ ਹੱਥ ਐਂ ਗੋਰੇ ਗੋਰੇ ਹੋ ਗਏ ਭਾਅ ਜੀ ਸਾਡੇ ਤਾਂ। ਹਾਂਜੀ, ਕਿੱਧਰ ਜਾਣ ਦਾ ਪਲੈਨ ਆ ਭਾਅ ਜੀ? ਹਾਂ ਲੱਭੋ ਯਾਰ, ਪਾਣੀ ਪੂਣੀ ਪਿਲੋ, ਪਾਣੀ ਪੂਣੀ ਨਲਕਾ ਨੁਲਕਾ ਵੇਖ ਲਓ ਇੱਥੇ ਪਹਿਲਾਂ, ਨਲਕਾ ਵੀ ਦੇਖੋ, ਸੋ ਨਲਕਾ ਲੱਭ ਰਿਹਾ ਭਾਈ, ਪਹਿਲਾਂ ਪਾਣੀ ਪੂਣੀ ਪੀ ਲਈਏ ਫਿਰ ਦੇਖਦੇ ਹਾਂ ਅੰਦਰ, ਫਿਰ ਆ ਕੇ ਬੈਠਦੇ ਹਾਂ। ਸੋ ਮਿਲਦੇ ਹਾਂ ਜੀ ਥੋੜ੍ਹੇ ਟਾਈਮ ਬਾਅਦ। ਸੋ ਜੀ, ਅਸੀਂ ਇੱਥੇ ਦਾ ਕੋਈ ਸਟੋਰ ਸਟੂਰ ਹੈ ਨਹੀਂ, ਇੱਧਰ ਸਟੂਡੈਂਟ ਮਾਰਕੀਟ ਹੈ ਇੱਧਰ ਇਸ ਸਾਈਡ 'ਤੇ, ਉੱਧਰ ਨੂੰ ਜਾ ਕੇ ਫਿਰ ਉਹ ਮੁੰਡਿਆਂ ਨੇ ਦੱਸਿਆ, ਉਹ ਜਾ ਰਹੇ ਨੇ, ਇਹਨਾਂ ਮੁੰਡਿਆਂ ਨੇ ਦੱਸਿਆ ਇੰਡੀਅਨ ਸੀਗੇ, ਅਤੇ ਹੁਣ ਅਸੀਂ ਉੱਧਰ ਜਾ ਰਹੇ ਹਾਂ। ਕੋਈ ਪਾਣੀ ਪੂਣੀ ਮਿਲਿਆ ਨਹੀਂ ਹੈਗਾ, ਕੋਈ ਕੋਲਡ ਡਰਿੰਕ ਚਿਪਸ ਸਭ ਕੁਛ ਸਰ ਸਪਾਂਜ ਮੁੰਡ ਲੈ ਰਹੀ ਇੱਥੋਂ, ਫਿਰ ਵਾਪਸ ਪਾਰਕ ਆ ਕੇ ਬਹਿ ਜਾਵਾਂਗੇ। ਸੋ ਵੇਖੀ ਚਲੋ, ਰਾਹ ਰੂਹ ਨਿਭਦਾ ਰਹੂਗਾ ਅਤੇ ਤੁਸੀਂ ਆਨੰਦ ਮਾਣਦੇ ਰਹੋ। ਚਲੋ ਭਾਅ ਜੀ ਚਲੋ, ਵਾਹ 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 ਵਾਹ, ਅਰੇ ਯਾਰ ਕਿਆ ਬਿਲਡਿੰਗਸ ਹੈ ਯਾਰ, ਲੱਗਦਾ ਸੱਚੀ ਯਾਰ ਹੈ ਤਾਂ ਸੱਚੀ ਯੂਰਪ 'ਚ, ਪਤਾ ਨਹੀਂ ਕਦੇ ਯਕੀਨ ਨਹੀਂ ਹੁੰਦਾ ਵੀ ਸੱਚੀ ਯੂਰਪ 'ਚ ਆ ਗਿਆ। ਭਾਅ ਜੀ ਬਿਲਡਿੰਗਸ ਕਿੰਨੀ ਘੈਂਟ ਹੈ ਯਾਰ, ਫਿਰ ਦੇਖ ਕੇ ਲੱਗਦਾ ਹੈ ਨਾ, ਇਹ ਬਿਲਡਿੰਗਸ ਹੈ ਨਾ, ਇਹ ਲੱਗਦੀ ਦੇਖੋ ਦੇਖੋ ਕਾਮ ਉੜਨਾ ਹੈ ਯਾਰ, ਸਿੱਧਾ ਚੱਲਣਾ ਇੱਧਰ ਹੀ ਚੱਲਣਾ ਪੈਗਾ ਸਿੰਦਰ ਭਾਅ ਜੀ, ਸਿੱਧਾ ਸਿੱਧਾ ਬੋਲਣਾ, ਅਰੇ ਤਾਂ ਪੱਟੀ ਮੇਂ ਸੇ ਚਲੇਂਗੇ ਤੁਸੀਂ ਫੁੱਟ ਗਏ। ਏ ਰੂਲ ਰੈਗੂਲੇਸ਼ਨ ਫੋਲੋ ਕਰਦੇ ਹੋ ਭਾਅ ਜੀ? ਹਾਂ, ਉੱਥੇ ਰੈੱਡ ਲਾਈਟ ਕੱਟੇ ਆਏ ਸੀਗੇ ਪਿੱਛੇ, ਮੈਂ ਤੁਸੀਂ ਪਹਿਲਾਂ ਕੱਟਿਆ ਸੀਗਾ ਭਾਅ ਜੀ। ਹੈ ਬਿਲਡਿੰਗ ਲੱਗਦੀ ਹੈ ਨਾ, ਯੂਰਪ ਵਾਲੀ ਫਿਰ ਯੂਰਪ 'ਚ ਹੀ, ਵੈਸੇ ਸਾਨੂੰ ਵੀ ਕਦੇ ਯਕੀਨ ਨਹੀਂ ਹੁੰਦਾ ਸੀ ਸੱਚੀ ਯੂਰਪ 'ਚ ਆ ਗਿਆ, ਕਿਉਂ ਭਾਅ ਜੀ? ਭਾਅ ਜੀ ਇੱਥੇ ਅਪਾਰਟਮੈਂਟ ਹੋਵੇ ਆਪਣਾ ਕਦੇ ਪਰਸਨਲੀ, ਹੈ ਗੁਆਂਢੀ ਗੁਆਂਢੀ ਹੋਈ ਆਪਾਂ, ਅਰੇ ਸਾਰੇ ਟਾਈਮ ਸਪੈਂਡ ਕਰਦੇ ਨੇ। ਆਪਣੇ ਦਿਨ ਰਹਿੰਦੇ ਨੇ, ਭਾਅ ਜੀ ਉੱਪਰ ਰਹਿ ਰਹੇ ਹੋ ਤੁਸੀਂ ਓਵਲੀ ਬਿਲਡਿੰਗ ਤੁਸੀਂ ਕਮਾਲ ਦੀ ਗੱਲ ਆ, ਤੁਸੀਂ ਡ੍ਰੀਮ ਬਿਗ ਰੱਖੋ ਯਾਰ, ਸੋਚ ਉੱਚੀ ਰੱਖਦੇ ਯਾਰ ਆਪਾਂ, ਕਿ ਵਾਪਸ ਇੰਡੀਆ ਜਾਣਾ ਸੀ ਖਾਣਾ ਖੁਣਾ ਨੀ ਯਾਦ ਕਰਦੇ ਗੇ ਮਹਾਰਾਜ, ਉੱਥੇ ਤੇ ਕੜੀ ਚੋਲ ਰਾਜਮਾ ਚੋਲ ਆਏ, ਭਟੂਰੇ ਛੋਲੇ ਕਰਨਾਲ ਦੇ, ਹਾਏ ਹਾਏ ਕਰਨਾਲ ਦੇ, ਕਰਨਾਲ ਦਾ ਫੂਡ ਹਰਿਆਣੇ ਦੀ ਸ਼ਾਨ ਆ, ਇਹ ਤਾਂ ਹੈ ਭਾਅ ਜੀ, ਤੇ ਸਾਡਾ ਉੱਧਰ ਪਟਿਆਲਾ ਯਾਦ ਆਈ ਜਾਂਦਾ ਸਾਨੂੰ ਖਾਣੇ ਵਜੋਂ, ਬਿਲਡਿੰਗਾਂ ਘੈਂਟ ਨੇ ਵਧੀਆ ਬਣਾਈਆਂ ਯਾਰ, ਹਰ ਚੀਜ਼ ਨੂੰ ਨਾ ਬੜੇ ਹੀ ਤਰੀਕੇ ਨਾਲ ਬਣਾਇਆ ਹਰ ਚੀਜ਼ ਨੂੰ,
ਪਾਰਕਿੰਗ ਤੋਂ ਲੈ ਕੇ ਕੋਈ ਇਹ ਨਹੀਂ ਹੈ ਪਾਰਕਿੰਗ ਕੋਈ ਇਸ ਤਰ੍ਹਾਂ ਉਸ ਤਰ੍ਹਾਂ ਖੜਾਉਂਦਾ ਪੂਰੀ ਪ੍ਰੋਪਰ ਬਿਲਕੁਲ ਬਿਲਕੁਲ ਡਿਸਪਲਿਨ ਆਉਂਦੇ ਨੇ ਧਿਆਨ ਰੱਖ ਉਹ ਇੱਧਰ ਤਾਂ ਅਸੀਂ ਆਏ ਸੀ ਯਾਰ, ਯਾਦ ਆ ਗਿਆ ਯਾਰ, ਫਸਟ ਡਿਲੀਵਰੀ ਇੱਧਰ ਹੀ ਦੇਣ ਆਏ ਸੀ ਅਸੀਂ, ਯਾਦ ਆ ਗਿਆ ਫਸਟ ਡਿਲੀਵਰੀ ਅਸੀਂ ਇੱਧਰ ਦੇਣ ਆਏ ਸੀਗੇ ਹੁਣ ਯਾਦ ਆਇਆ। ਉਹ ਏਰੀਆ ਭਾਜੀ ਕਿੱਥੇ ਸਮਝਾਉਂਦੇ ਪਹਿਲੇ ਥੋੜ੍ਹੇ ਦਿਨਾਂ 'ਚ ਕਿਵੇਂ ਸਟਿਲ ਹੋ ਕੇ ਖੜੇ ਪਏ ਸਾਰੀ, ਇਹਨਾਂ ਨੂੰ ਕੋਈ ਡਰ ਹੀ ਨਹੀਂ। ਕੰਜ਼ੋਮ ਆ ਗਿਆ, ਕੰਜ਼ੋਮ ਵੈਸੇ ਸਾਡੀ ਰਾਈਡ, ਵੈਸੇ ਸਾਨੂੰ ਰਾਈਡ ਤੁਰਨਾ ਚਾਹੀਦਾ, ਤੁਸੀਂ ਲੈਫਟ ਲੁਫਟ ਤੁਰੀ ਜਾਂਦੇ ਹੋ ਇੰਡੀਆ ਦੇ ਵੱਲ, ਤੁਹਾਡਾ ਇੰਡੀਆ ਵਾਲਾ ਛੱਡਿਆ ਨਹੀਂ ਜਾਂਦਾ ਨਾ ਤਰੀਕਾ। ਹੈ ਬਿਲਡਿੰਗ ਕਿੰਨੀ ਸ਼ਾਨਦਾਰ ਬਿਲਡਿੰਗ ਹੈ ਭਾਜੀ, ਉੱਪਰ ਰਿਹਾਇਸ਼ ਆ ਥੱਲੇ ਕੰਜ਼ੋਮ ਹੈ, ਬੰਦੇ ਬੰਦਾ ਇੱਥੇ ਆਇਆ। ਚਲੋ ਚਲੋ ਕੰਜ਼ੋਮ ਆ, ਚਲੋ ਚਲੋ ਅੰਦਰ ਚਲੋ। ਹੋਰ ਕਿਸ ਦਿਨ ਮੈਂ ਨਾ ਪੂਰੀ ਪ੍ਰੋਪਰ ਵੀਡੀਓ ਪਾਊਂਗਾ ਇੱਥੇ ਦੀ ਗਰੋਸਰੀ ਲਈ ਵੀ ਕੀ ਰੇਟ ਹੈ ਕੀ ਨਹੀਂ। ਅਜੇ ਫਿਲਹਾਲ ਇੰਨਾ ਛੋਟੇ ਜਿਹੇ ਸਟੋਰ ਨੂੰ ਵਿਜ਼ਿਟ ਕਰੋ, ਦੇਖੋ ਕੀ ਰੇਟ ਹੈ। ਫਰੂਟ 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 ਭਾਜੀ, ਆਪਣਾ ਫਰੂਟ ਦੇਖੋ ਜਿਹੜਾ ਤੁਸੀਂ ਦੇਣਾ ਸੀ ਉੱਥੇ, ਫਰੂਟ ਸਸਤਾ ਹੀ ਇੱਥੇ। ਵੈਸੇ ਤੁਸੀਂ ਔਰੇਂਜ ਕਹਿ ਰਹੇ ਸੀ ਨਾ ਭਾਜੀ, ਅੱਛਾ ਸੰਤਰਾ, ਤੁਸੀਂ ਉਹ ਵੀ ਇੱਕ ਹੋਰ ਕਹਿ ਰਹੇ ਸੀ, ਕੁਛ ਹੋਰ ਵੀ ਕੁਛ ਸੀਗਾ ਨਾ ਭਾਜੀ। ਆਹ ਰੇਟ ਦੇਖ ਲਿਓ, ਇੱਕ ਯੂਰੋ ਨੂੰ 100 ਨਾਲ ਕਨਵਰਟ ਜ਼ਰੂਰ ਕਰ ਲਿਆ ਕਰੋ, ਉਹ ਹੈ ਤਾਂ 90 ਹੀ ਹੈ ਵੈਸੇ, ਉਹ ਥੋੜ੍ਹਾ ਜਿਹਾ ਈਜ਼ੀ ਜਜਮੈਂਟ ਹੋ ਜਾਂਦਾ 100 ਦੇ ਨਾਲ। ਖਾ ਲਓ ਆਪਣੇ ਰਾਜਮਾਂਹ ਵੀ ਪਏ ਨੇ, ਰਾਜਮਾਂਹ, ਕਾਜੂ ਕਾਜੂ, ਮੂੰਗਫਲੀਆਂ ਮੂੰਗਫਲੀਆਂ ਲਓ ਭਾਜੀ, ਪਹਿਲੀ ਵਾਰ ਵੇਖੀ ਯਾਰ ਮੂੰਗਫਲੀਆਂ, ਕੀ ਬਾਤ ਹੈ, ਸ਼ੀਸ਼ਾ ਲੱਗਿਆ, ਇਹ ਸ਼ੀਸ਼ਾ ਕਿੱਥੇ ਲਾ ਰੱਖਿਆ ਇਹਨਾਂ ਨੇ। ਚਲੋ ਠੀਕ ਹੈ, ਫੜਨ ਲਈ ਤੁਹਾਨੂੰ ਆਪਾਂ ਗੁੱਡ ਹੈ ਭਾਜੀ, ਆਪਣੇ ਕਿੰਨੇ ਆਪਾਂ ਲੱਗੇ ਹਾਂ, ਆਪਾਂ ਨੂੰ ਕਦੇ ਮੁੱਲ ਲੈਣ ਦੀ ਲੋੜ ਹੀ ਨਹੀਂ ਪਈ, ਕਦੇ ਪੈਸੇ ਲੈ ਕੇ ਲੈਣ ਦੀ ਲੋੜ ਹੀ ਨਹੀਂ ਪਈ। ਚਲੋ 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 ਫਿਰ, ਚਲੋ ਭਾਜੀ ਪਲੀਜ਼, ਛੋਟਾ ਜਿਹਾ ਸਟੋਰ, ਫਰੂਟ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗੇ ਭਾਜੀ। ਲਓ ਜੀ ਹੁਣ ਅਸੀਂ ਸਟੋਰ 'ਤੇ ਪ੍ਰੋਪਰ ਵਿਜ਼ਿਟ ਕਰ ਚੁੱਕੇ ਹਾਂ ਅਤੇ ਬਸ ਹੁਣ ਹੁਣ ਬਾਹਰ ਮਿਲਦੇ ਹਾਂ ਆਪਾਂ, ਕਿਉਂਕਿ ਸਮਾਨ ਸਮੂਨ ਲੈ ਲਈਏ ਇੱਥੋਂ, ਸਮਾਨ ਸਸਤਾ ਹੀ ਓਵਰਆਲ, ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈਗਾ, ਹਰ ਚੀਜ਼ ਮਿਲ ਜਾਂਦੀ ਇੱਥੇ। ਇੱਧਰ ਨਹੀਂ ਨਹੀਂ ਹੋਏਗਾ, ਕਿਉਂ ਨਹੀਂ ਹੋਏਗਾ ਭਾਜੀ, ਤੁਸੀਂ ਬ੍ਰੈਡ ਬਰੂਡ ਲੈ ਲੈਣੇ ਵਾਲੀਆਂ ਯਾਰ, ਕਿੰਨੀ ਸਸਤੀ ਯਾਰ ਇਹ ਖਾਣ ਪੀਣ 'ਚ, ਪਰ ਆਪਾਂ ਖਾਂਦੇ ਨਹੀਂ ਨਾ ਇਹ ਭਾਜੀ। ਇੱਥੇ ਚਿਲ ਚਿਲ ਹੋਇਆ, ਬਿਲਕੁਲ ਠੰਡਾ ਠੰਡਾ ਹੋ ਰੱਖਿਆ ਬਿਲਕੁਲ, ਲੋਕ ਮੀਟ ਮੂਟ ਲੈਂਦੇ ਆ।
ਚੀਜ਼ ਜੂਸ ਪਿਆ, ਚੀਜ਼ ਚੀਜ਼ ਇਹ ਮੀਟ ਹੀ ਆ ਮੋਸਟਲੀ, ਆਹ ਚੀਜ਼ ਆ ਇੱਥੇ ਵਰਕ ਕਰਦੇ ਆ। ਸ਼ੇਰ ਜੀ ਕੀ ਹਾਲ ਚਾਲ? ਓਕੇ ਫਿਰ ਕਰਦੇ ਜੀ ਡਿਸਕਸ਼ਨ, ਬਾਹਰ ਮਿਲਦੇ ਆ ਕੈਂਪ ਤੋਂ। ਕੋਲਡ ਡਰਿੰਕ, ਕੋਲਡ ਡਰਿੰਕ ਨਾਲ ਲੈ ਕੇ ਆਉਂਦੇ ਫਿਰ ਭਾਜੀ। ਅਤੇ ਚੰਦਰਮਾ ਵੀ ਆ ਗਿਆ ਆਪਣੇ ਮੂਰ 'ਤੇ ਬਈ। ਟਾਈਮ ਕਿੰਨਾ ਹੋ ਗਿਆ ਵੀਰੇ? ਟਾਈਮ ਕਿੰਨਾ ਹੋ ਗਿਆ? 7:30 ਅਤੇ ਚਾਨਣਾ ਵੇਖ ਕਿੱਧਰ ਚੱਲੀਏ ਭਾਜੀ, ਇੱਧਰ ਚੱਲੀਏ ਜਾਂ ਫਿਰ ਇੱਧਰ ਚੱਲੀਏ? ਚਲੋ ਇੱਧਰ ਚੱਲਦੇ ਹਾਂ ਵਾਪਸ ਉਹੀ ਏਰੀਏ 'ਚ ਜਾਂਦੇ ਹੋਏ। ਯਾਰ ਨਲਕਾ ਨੁਲਕਾ ਵੇਖੋ ਭਾਜੀ ਕਿੱਥੇ ਆ? ਨਲਕਾ ਹੈਗਾ ਹੁੰਦਾ ਭਾਜੀ ਉਹ ਦੇਖੋ ਬਾਈਕ 'ਤੇ ਅਤੇ ਉਹ ਪਿੱਛੇ ਨਹੀਂ 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 ਨਾ ਭਰਾਵਾ ਉੱਧਰ ਪਹਾੜ ਨੇ ਏਰੀਏ ਜਮੀ ਚੇਂਜ ਹੋ ਜਾਂਦਾ ਇੱਥੇ ਆ ਕੇ। ਬੰਗਲਾਦੇਸ਼ੀ ਭਾਈ ਵੀ ਹੈ, ਬੰਗਲਾਦੇਸ਼ ਇੱਥੇ ਅਤੇ ਬੰਗਲਾਦੇਸ਼ ਅਤੇ ਇੰਡੀਆ ਦੀ ਬਹੁਤ ਵੱਡੀ ਕਲੈਪਸ ਹੁੰਦੀ ਰਹਿੰਦੀ ਹੈ, ਝਗੜਾ ਹੁੰਦੀ ਰਹਿੰਦਾ ਬਚਾ ਪਤਾ ਹੋ। ਹਾਂ ਹਾਂ ਉਹੀ ਤਾਂ ਬੋਲ ਰਹੇ ਤੇ ਵੀ ਪਰ ਪਿੱਛੇ ਜੋ ਮੈਨੇ ਕਹੇ ਸੀਗੇ ਬੰਗਲਾਦੇਸ਼ ਦੇ ਸੀਗੇ ਯਾਰ ਕਮਾਲ ਦੀ ਗੱਲ ਹੈ ਭਾਜੀ। ਇੱਥੇ ਬਹਿ ਜਾਓ ਬਸ ਭਾਈ, ਪੇੜ ਦੇ ਲੱਗੇ ਬੈਠੇ ਉਹ ਦੇਖੋ ਆਹ ਜਗ੍ਹਾ ਹੈਗੀ ਆਹ ਵਾਲੇ ਨਹੀਂ ਉਹ ਬੜੇ ਪੇੜ ਦੇ ਲੱਗੇ, ਪੇੜ ਨਾਲ ਜ਼ਿਆਦਾ ਪਿਆਰ ਹੈ। ਉਹ ਦੇਖੋ ਉਹ ਦੇਖੋ ਉਹ ਕਿੰਨਾ ਸੋਹਣਾ, ਉੱਧਰ ਜਾਣਾ ਨਹੀਂ ਪਰ ਆਪਾਂ। ਹਾਂ ਹਾਂ ਕੋਈ ਨਹੀਂ, ਜਿੱਥੇ ਤੁਸੀਂ ਕਹੋਗੇ ਉੱਧਰ ਬਹਿ ਜਾਵਾਂਗੇ। ਚਲੋ ਚਲੋ ਉਹ ਜ਼ਿਆਦਾ ਇੱਧਰ ਉਹ ਨਾ ਦੇਖੋ ਯਾਰ, ਆਹ ਵੇਖ ਯਾਰ ਹੈ ਕੋਈ ਡਿਫਰੈਂਟ ਹੀ ਲੱਗਦਾ। ਓਕੀ ਡੋਕੀ ਭਾਜੀ ਲਓ ਜੀ, ਵੀਡੀਓ ਦਾ ਸਮਾਪਨ ਕਰਦੇ ਹੋਏ ਸੀ ਇੱਥੇ। ਹਾਂ ਇਹ ਬੈਟਰ ਹੈ ਯਾਰ, ਨਹੀਂ ਠੀਕ ਹੈ ਚਲੋ ਉੱਧਰ ਪੈ ਜਾਂਦੇ ਹਾਂ ਭਾਜੀ ਉਹ ਕਹੀ ਜਾਂਦੇ ਨੇ। ਸੋ ਅੱਜ ਦਾ ਸਮਾਪਨ ਇੱਥੇ ਕਰਦੇ ਹੋਏ, ਫਿਰ ਮਿਲਾਂਗੇ ਜੀ, ਟੇਕ ਕੇਅਰ, ਬਾਏ ਬਾਏ ਬਾਏ।